ਰੋਂਗ ਸਾਈਡ ਤੋਂ ਆ ਰਹੇ ਸਕੂਟੀ ਸਵਾਰ ਤਿੰਨ ਨੌਜਵਾਨਾਂ ਨੇ ਇੱਕ ਬਾਈਕ ਸਵਾਰ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਬਜ਼ੁਰਗ ਵਿਅਕਤੀ ਕਾਫੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਕਰੀਬ 40 ਮਿੰਟ ਤੱਕ ਐਂਬੂਲੈਂਸ ਦਾ ਉੱਥੇ ਇੰਤਜ਼ਾਰ ਕੀਤਾ ਜਾਂਦਾ ਪਰ ਐਂਬੂਲੈਂਸ ਉੱਥੇ ਨਹੀਂ ਪਹੁੰਚਦੀ। ਹਾਰ ਕੇ ਉਸ ਬਜ਼ੁਰਗ ਨੂੰ ਈ ਰਿਕਸ਼ੇ ਦੇ ਰਾਹੀਂ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਤਾਂ ਦੱਸ ਦਈਏ ਕਿ ਇੱਕ ਬੇਹੱਦ ਦਰਦਨਾਕ ਇਹ ਹਾਦਸਾ ਵਾਪਰਿਆ, ਜਿੱਥੇ ਕਿ ਉਹ ਬਜ਼ੁਰਗ ਵਿਅਕਤੀ ਸੜਕ ਦੇ ਉੱਤੇ ਹੀ ਕਿਹਾ ਜਾ ਰਿਹਾ ਕਿ ਕਾਫੀ ਦੇਰ ਤੱਕ ਪਹਿਲਾਂ ਤਾਂ ਤੜਫਦਾ ਰਹਿੰਦਾ, ਫਿਰ ਉਸ ਤੋਂ ਬਾਅਦ ਦੇ ਵਿੱਚ ਰਾਹਗੀਰ ਉੱਥੇ ਪਹੁੰਚਦੇ ਨੇ ਤੇ ਬਜ਼ੁਰਗ ਵਿਅਕਤੀ ਨੂੰ ਈ ਰਿਕਸ਼ੇ ਦੇ ਰਾਹੀਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ। ਤਾਂ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਰੋਂਗ ਸਾਈਡ ਤੋਂ ਜਾ ਰਹੇ ਇੱਕ ਸਕੂਟੀ ਸਵਾਰ ਤਿੰਨ ਨੌਜਵਾਨਾਂ ਦੇ ਵੱਲੋਂ ਇਸ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ ਬਜ਼ੁਰਗ ਵਿਅਕਤੀ ਕਾਫੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ। ਹਾਲਾਂਕਿ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਕਈ ਵਾਰ ਕਾਲੀ ਕਾਲੀ ਦੇ ਵਿੱਚ ਲੋਕ ਰੋਂਗ ਸਾਈਡ ਨੂੰ ਤੁਰ ਪੈਂਦੇ ਨੇ, ਪਰ ਇਹ ਕਿੰਨੇ ਕੁ ਨੁਕਸਾਨਦਾਇਕ ਨੇ ਇਸ ਦਾ ਅੰਦਾਜ਼ਾ ਇਸ ਹਾਦਸੇ ਤੋਂ ਲਗਾਇਆ ਜਾ ਸਕਦਾ, ਜਿਸ ਦੇ ਵਿੱਚ ਬਜ਼ੁਰਗ ਵਿਅਕਤੀ ਕਾਫੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਹਾਲਾਂਕਿ ਜੋ ਨੌਜਵਾਨ ਸੀ, ਕਿਹਾ ਜਾ ਰਿਹਾ ਕਿ ਮੌਕੇ ਤੋਂ ਹੀ ਉਹ ਫਰਾਰ ਹੋ ਗਏ ਨੇ। ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਜੋ ਲੋਕ ਮੌਜੂਦ ਨੇ ਉਹਨਾਂ ਨੇ ਐਂਬੂਲੈਂਸ ਦੇ ਖਿਲਾਫ ਵੀ ਜੰਮ ਕੇ ਭੜਾਸ ਕੱਢੀ ਹੈ। ਉਹਨਾਂ ਦਾ ਕਹਿਣਾ ਹੈ ਕਿ ਐਂਬੂਲੈਂਸ ਵਾਲਿਆਂ ਨੂੰ 40 ਤੋਂ 45 ਮਿੰਟ ਪਹਿਲਾਂ ਫੋਨ ਕੀਤਾ ਗਿਆ ਸੀ, ਪਰ ਕਰੀਬ 1 ਘੰਟੇ ਬਾਅਦ ਮੌਕੇ ਦੇ ਉੱਤੇ ਐਂਬੂਲੈਂਸ ਪਹੁੰਚੀ ਹੈ, ਜਿਸ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਤੜਫਦਾ ਰਿਹਾ ਸਰ, ਅਸੀਂ ਸਾਨੂੰ 20 ਤੋਂ 25 ਮਿੰਟ ਕੇ ਅੱਧਾ ਘੰਟਾ ਹੋ ਗਿਆ ਉਹਨਾਂ ਨੇ ਐਕਸੀਡੈਂਟ ਹੋਏ ਨੂੰ, ਠੀਕ ਹੈ, ਤੇ ਉਹਨਾਂ ਨੂੰ ਵੀ ਫੋਨ ਕੀਤਾ 112 ਨੰਬਰ ਉਹਨਾਂ ਦਾ, ਹਨਾ, ਤੇ ਆਪਾਂ ਐਂਬੂਲੈਂਸ ਨੂੰ ਵੀ ਫੋਨ ਕੀਤਾ ਤੇ ਉਹ ਬਾਰ ਬਾਰ ਕਹੀ ਜਾਂਦੇ ਪਏ ਅਸੀਂ ਹੁਣ ਆਨੇ ਉਹਨੂੰ ਵਿਚਾਰਿਆਂ ਨੂੰ ਈ ਰਿਕਸ਼ਾ ਤੇ ਬਿਠਾ ਕੇ ਆਪਾਂ ਭੇਜਿਆ ਵਾ ਤੇ ਸਰਕਾਰ ਨਾਲ ਇਹੀ ਬੇਨਤੀ ਆ। ਭਾਅ ਜੀ ਐਕਸੀਡੈਂਟ ਹੋਇਆ ਕਿੱਦਾਂ? ਸਰ ਇਹ ਨਹੀਂ ਪਤਾ ਕਿੱਦਾਂ ਹੋਇਆ, ਅਸੀਂ ਤਾਂ ਬਾਅਦ 'ਚ ਆਏ ਸੀਗੇ, ਅਸੀਂ ਤਾਂ ਐਂਬੂਲੈਂਸ ਨੂੰ ਫੋਨ ਕਰਦੇ ਪਏ ਸੀ ਅਤੇ ਸਰਕਾਰ ਨੂੰ ਇਹੀ ਬੇਨਤੀ ਆ ਵੀ ਜਦੋਂ ਕੋਈ ਗਰੀਬ ਨੂੰ ਲੋੜ ਪੈਂਦੀ ਆ ਤਾਂ ਉਹਦੀ ਮਦਦ ਕੀਤੀ ਜਾਵੇ। ਭਾਅ ਜੀ ਕਾਫੀ ਸਮੇਂ ਬਾਅਦ ਜਿਹੜੀ ਐਂਬੂਲੈਂਸ ਇੱਥੇ ਪਹੁੰਚੀ, ਕੀ ਕਹੋਗੇ? ਮੈਂ ਤਾਂ ਹੁਣੇ ਮੈਨੂੰ ਆਰਡਰ ਮੇਰੇ ਨੂੰ ਆਉਣਾ, ਮੈਨੂੰ ਪਤਾ ਲੱਗਾ ਹੁਣ, ਕਿਉਂਕਿ 108 ਨੰਬਰ 'ਤੇ ਕਾਫੀ ਜਿਹੜੀਆਂ ਕੋਲ ਸਿਵਲ ਨੇ ਭੇਜੀ ਕਿਉਂਕਿ ਉਹ ਵੀ ਜੇ ਆਪਾਂ 108 ਦੀ ਗੱਲ ਕਰੀਏ ਇੱਥੋਂ ਕਾਫੀ ਜਾਣੇ ਆ ਉਹ ਕੋਲ ਕਰ ਰਹੇ ਸੀਗੇ, ਫਿਰ ਵੀ ਐਂਬੂਲੈਂਸ ਇੱਥੇ ਨਹੀਂ ਮਰੀ, ਇੱਥੇ ਨਹੀਂ ਪਹੁੰਚੀ। ਕੋਈ ਪਤਾ ਨਹੀਂ ਐਸਓ ਮੈਂ ਤਾਂ ਹੁਣ ਕੋਲ ਗਈ, ਮੈਂ ਆ ਗਿਆ, 108 ਨਹੀਂ ਸਿਵਲ ਠੀਕ। ਐਂਬੂਲੈਂਸ ਆਈ ਨਹੀਂ ਕੋਈ ਇੱਥੇ? ਹਾਂਜੀ ਐਂਬੂਲੈਂਸ ਆਈ ਨਹੀਂ ਕੋਈ ਇੱਥੇ? ਨਹੀਂ ਕੋਈ ਗੱਲ ਨਹੀਂ, ਆ ਰਹੀ ਹੈ ਸਾਨੂੰ, ਕੋਈ ਗੱਲ ਨਹੀਂ, ਐਂਬੂਲੈਂਸ ਦਾ ਕੋਈ ਗੱਲ ਨਹੀਂ, ਗੱਡੀ 'ਚ ਆਪਣਾ ਕੋਈ ਦੱਸ ਵੀ ਨਹੀਂ ਜਾਣਦੇ। ਵੀ ਇੱਥੇ ਇੱਕ ਐਕਸੀਡੈਂਟ ਹੋਇਆ ਸੀਗਾ ਹੁਣੀ ਥੋੜ੍ਹੀ ਦੇਰ ਪਹਿਲਾਂ ਅਤੇ ਹੁਣ ਐਂਬੂਲੈਂਸ ਇੱਥੇ ਨਹੀਂ ਪਹੁੰਚੀ, ਪੁਲਿਸ ਪਹੁੰਚ ਚੁੱਕੀ ਹੈ, ਕਾਫੀ ਦੇਰ ਇੱਥੇ ਜਿਹੜਾ ਵਾ ਜੇ ਆਪਾਂ ਗੱਲ ਕਰੀਏ ਪੇਸ਼ੈਂਟ ਇੱਥੇ ਲੰਮੇ ਪਿਆ ਰਹਿ ਸਕਦੇ ਕਿਉਂਕਿ ਦੇਖੋ ਤੁਸੀਂ ਮੀਡੀਆ ਦਾ ਕੰਮ ਕਰ ਰਹੇ ਹੋ, ਚੌਥਾ ਥੰਭ ਮੰਨੇ ਗਏ ਹੋ ਤੁਸੀਂ ਵੀ ਅੱਜ ਦੇ ਸਮੇਂ 'ਚ ਲੋਕਤੰਤਰ ਵਿੱਚ 20 ਤੋਂ 25 ਮਿੰਟ ਬੀਤ ਜਾਣ ਤੋਂ ਬਾਅਦ ਵੀ ਉਹ ਵਿਚਾਰੇ ਦਾ ਮੈਂ ਜੋ ਆ ਕੇ ਦੇਖਿਆ ਕਿਉਂਕਿ ਮੇਰੀ ਸਾਹਮਣੇ ਰਿਹਾਇਸ਼ ਆ, ਤੁਸੀਂ ਪਹਿਲੋਂ ਖੜ੍ਹੇ ਤੁਸੀਂ ਲੋਕਾਂ ਦੇ ਵਿੱਚ ਐਂਬੂਲੈਂਸ ਨੂੰ ਤੁਸੀਂ ਵੀ ਫੋਨ ਕੀਤਾ, ਪੁਲਿਸ ਪਹੁੰਚ ਗਈ, ਪਰ 25 ਮਿੰਟ ਬੀਤ ਤੋਂ ਬਾਅਦ ਵੀ ਉਹਦਾ ਪਰਿਵਾਰ ਪਹੁੰਚ ਗਿਆ 25 ਮਿੰਟ 'ਚ ਪਰ ਐਂਬੂਲੈਂਸ ਨਹੀਂ ਪਹੁੰਚੀ। ਇਹ ਤੋਂ ਮਾੜੇ ਹਾਲਾਤ ਕਪੂਰਥਲੇ 'ਚ ਮੈਨੂੰ ਨਹੀਂ ਲੱਗਦਾ ਹੋ ਸਕਦੇ ਆ ਕਿ ਜਿਹਦੇ ਵਿੱਚ ਇੱਕ ਪੇਸ਼ੈਂਟ ਜਿਹੜਾ ਜਿੰਨਾ ਇੰਨਾ ਵੱਡਾ ਐਕਸੀਡੈਂਟ ਪਹਿਲਾਂ ਹੋ ਗਿਆ, ਦੂਜੇ ਪਾਸੇ ਉਹਨੂੰ ਐਂਬੂਲੈਂਸ ਦੀ ਸੇਵਾ ਨਹੀਂ ਮਿਲ ਪਾ ਰਹੀ ਜਿਹਦੇ ਕਿ ਉਹਦੇ ਵੀ ਇਹ ਪੈਸੇ ਚਾਰਜ ਕਰਦੇ ਆ, ਅਤੇ ਇਹ ਤੋਂ ਜਿਹੜੀ ਆ ਦੁੱਖਦਾਈ ਮਾੜੇ ਹਾਲਾਤ ਕਪੂਰਥਲੇ 'ਚ ਮੈਨੂੰ ਨਹੀਂ ਲੱਗਦਾ ਹੋਰ ਕੋਈ ਹੋ ਸਕਦੇ ਆ। ਪਰ
ਇਸ ਤੋਂ ਪਹਿਲੋਂ ਮੇਰੇ ਤੋਂ ਪਹਿਲੋਂ ਖੜੇ ਪਏ ਆ ਸਾਡੇ ਹਲਕੇ ਦੇ ਲੋਕਲ ਵਾਸੀ ਆ, ਤੁਸੀਂ ਮੇਰੇ ਤੋਂ ਪਹਿਲੋਂ ਇੱਥੇ ਖੜੇ, ਤੁਸੀਂ ਅੱਜ ਦੇ ਜਿੰਦੇ ਜਾਗਦੇ ਆਪ ਗਵਾਹ ਹੋ ਕਿ 20 ਤੋਂ 25 ਮਿੰਟ ਬਾਅਦ ਵੀ ਜਿਹੜੀ ਐਂਬੂਲੈਂਸ ਸੀ ਇਹਨੂੰ ਹਾਰ ਕੇ ਈ ਰਿਕਸ਼ਾ 'ਤੇ ਭੇਜਣਾ ਪਿਆ, ਇਹਦੇ ਤੋਂ ਜ਼ਿਆਦਾ ਸਰਕਾਰ ਦੀ ਫੇਲੀਅਰ ਸਾਬਤ ਨਹੀਂ ਹੋਈ। ਕਪੂਰਥਲੇ ਦੇ ਵਿੱਚ ਜਿਹੜੀ ਸਰਕਾਰ ਆ ਉਹ ਗਰਾਊਂਡ ਲੈਵਲ 'ਤੇ ਫੇਲ ਹੋ ਚੁੱਕੀ ਆ, ਸਿਰਫ ਅਤੇ ਸਿਰਫ ਫੋਟੋਆਂ ਤੱਕ ਜਿਹੜੀ ਸਰਕਾਰ ਰਹਿ ਚੁੱਕੀ ਆ। ਸੋ ਸਰਕਾਰ ਨੂੰ ਚਾਹੀਦਾ ਜਿਹੜੇ ਇਹੋ ਜਿਹੇ ਐਕਸੀਡੈਂਟ ਹੁੰਦੇ ਆ ਜਿੱਥੇ ਅੱਜ ਲੋਕ ਆ, ਦੇਖੋ ਆਮ ਸਾਡੇ ਵੀਰ ਆ ਜਿਨ੍ਹਾਂ ਦੀ ਆਵਾਜ਼ ਆ ਜਿਹੜੀ ਆਪਣੀ ਗੱਲ ਕਹਿਣਾ ਚਾਹੁੰਦੇ ਆ, ਜੇ ਅੱਜ ਐਂਬੂਲੈਂਸ ਦੀ ਜਿਹੜੀ ਸੇਵਾ ਨਹੀਂ ਮਿਲ ਪਾ ਰਹੀ, ਸੋ ਹੋਰ ਅਤੇ ਜਿਹੜੀਆਂ ਮੈਡੀਕਲ ਫੈਸਿਲਿਟੀਆਂ ਜਿਹੜੀਆਂ ਆਪਾਂ ਉਮੀਦ ਨਹੀਂ ਕਰ ਸਕਦੇ। ਪੁਲਿਸ ਵਿਚਾਰੀ ਇੱਥੇ ਖੜੀ ਆ, ਪੁਲਿਸ ਨੇ ਵਾਰ ਵਾਰ ਫੋਨ ਕਰਤੇ ਪਰ ਜਿਹੜੀ ਐਂਬੂਲੈਂਸ ਆ ਨਹੀਂ ਪਹੁੰਚ ਪਈ। ਇਹਦੇ ਉੱਤੇ CMO SMO ਨੂੰ ਸੁਪਰੀਡੈਂਟ ਨੂੰ ਇੱਥੇ ਕਾਰਵਾਈ ਕਰਨੀ ਚਾਹੀਦੀ, ਕਿਹੜੇ ਵੇਲੇ ਬੰਦੇ ਸੀ ਜਿਨ੍ਹਾਂ ਅਣਗਹਿਲੀ ਸੀਗੀ। ਅਸੀਂ ਤਾਂ ਵੈਸੇ ਗਸ਼ਤ ਕਰਦੇ ਆ ਰਹੇ ਸੀ, ਜਿੱਥੇ ਰੱਛ ਵੇਖਿਆ ਵਾ ਐਂਬੂਲੈਂਸ ਕੀਤੀ ਕਾਲ, ਪਹੁੰਚ ਚੁੱਕੀ ਹੈ। ਪਰ ਜੇ ਇੱਥੇ ਆਪਾਂ ਗੱਲ ਕਰੀਏ ਜਦੋਂ ਐਕਸੀਡੈਂਟ ਹੋਇਆ ਵਾ ਤੇ ਮਰੀਜ਼ ਜਿਹੜਾ ਵਾ ਉਹ ਕਾਫੀ ਤੜਫਦਾ ਰਿਹਾ, ਕੀ ਕਹੋਗੇ? ਜਦੋਂ ਮੈਂ ਕਾਲ ਕੀਤੀ ਆ, ਮੇਰੀ ਕਾਲ ਕਰਨ ਤੋਂ ਬਾਅਦ ਐਂਬੂਲੈਂਸ ਸਾਹਮਣੇ ਖੜੀ ਆ, ਆ ਗਈ ਆ, ਪਰ ਇਹਨਾਂ ਨੇ ਪ੍ਰਾਈਵੇਟ ਇੰਤਜ਼ਾਮ ਕਰਕੇ ਵਹੀਕਲ ਦਾ ਹਸਪਤਾਲ ਪਹੁੰਚਾ ਦਿੱਤਾ। ਪਰ ਤੁਹਾਨੂੰ ਲੱਗਦਾ ਕਿ ਐਂਬੂਲੈਂਸ ਜਿਹੜੀ ਆ ਆਉਣ ਨੂੰ ਦੇਰੀ ਹੋਈ? ਦੇਰੀ ਆਪਾਂ ਕਹਿ ਸਕਦੇ ਜੋ ਕਿਤੇ 5 ਤੋਂ 8 ਮਿੰਟ 10 ਮਿੰਟ ਲੱਗਦੀ ਆ ਕਿਸੇ ਵੀ ਵਹੀਕਲ ਆਉਣ ਤੋਂ, ਕਿਤੇ ਹੋਰ ਕਾਲ 'ਤੇ ਹੋਏਗੀ ਜਾਂ ਕਿਤੇ ਟ੍ਰੈਫਿਕ 'ਚ ਹੋਏਗੀ। ਨਹੀਂ ਪਰ 5-8 ਮਿੰਟ ਨਹੀਂ, ਘੱਟੋ ਘੱਟ ਨਹੀਂ ਤਾਂ ਅੱਧਾ ਘੰਟਾ ਹੋ ਗਿਆ। ਮੈਨੂੰ 10 ਮਿੰਟ ਹੋਇਆ, ਮੈਨੂੰ ਆਏ ਨੂੰ 10 ਮਿੰਟ ਹੋਇਆ, 10 ਮਿੰਟਾਂ 'ਚ ਮੈਂ ਆਉਣ ਕੇ ਐਡਰੈਸ ਪੁੱਛਿਆ ਕੀ ਤਾਂ ਮੈਂ ਕਾਲ ਕੀਤੀ ਆ, ਮੇਰੀ ਐਂਬੂਲੈਂਸ 128 ਹੈ। ਅਤੇ ਜੇ ਆਪਾਂ ਗੱਲ ਕਰੀਏ ਮਰੀਜ਼ ਕਿੱਥੇ ਦਾ ਸੀਗਾ ਜਿਹਨੂੰ ਜਿਹਦਾ ਐਕਸੀਡੈਂਟ ਹੋਇਆ? ਗੇਟ ਦਾ ਸੀ। ਕਿੰਨੀਆਂ ਕੁ ਸੱਟਾਂ ਲੱਗੀਆਂ ਉਹਦੇ? ਲੱਤ 'ਤੇ ਥੋੜ੍ਹਾ ਬਹੁਤਾ ਖੂਨ ਵਗ ਰਿਹਾ, ਹਸਪਤਾਲ ਲੈ ਕੇ ਬੰਦੇ। ਠੀਕ ਆ, ਹੁਣ ਕਿਹਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ? ਵਾਟਰ ਰਸ਼ੀ ਵਿੱਚ ਨਹੀਂ, ਪਰ ਤੁਸੀਂ ਵੀ ਐਂਬੂਲੈਂਸ ਨੂੰ ਫੋਨ ਕੀਤਾ ਨਹੀਂ ਆਇਆ ਮੌਕੇ 'ਤੇ? ਉਹ ਤਾਂ ਹੁਣ SMO ਨੂੰ ਚਾਹੀਦਾ ਜਿਹਨੇ ਡਿਊਟੀ ਆ, ਐਂਬੂਲੈਂਸ ਨੂੰ ਕਾਲ ਕਰ ਰਹੇ ਤੇ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੋਕੇਸ਼ਨ ਦਾ, ਹੈ ਨਾ? ਕਿੰਨੀ ਦੇਰ ਹੋ ਗਈ ਤੁਹਾਨੂੰ ਐਂਬੂਲੈਂਸ ਨੂੰ ਫੋਨ ਕੀਤਾ? 20 ਤੋਂ 25 ਮਿੰਟ ਹੋ ਗਏ ਤਕਰੀਬਨ।